ਚੰਡੀਗੜ੍ਹ ਵਰਗਾ ਸ਼ਾਂਤ ਸ਼ਹਿਰ ਵੀ ਹੌਲੀ-ਹੌਲੀ ਅਪਰਾਧੀਆਂ ਦੀ ਪਨਾਹਗਾ ਬਣਦਾ ਜਾ ਰਿਹਾ ਹੈ ਸ਼ਹਿਰ ਵਿੱਚ ਦਿਨ-ਪ੍ਰਤੀ ਦਿਨ ਤਰ੍ਹਾਂ-ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਸਾਹਮਣੇ ਆ ਰਹੀਆਂ ਹਨ ਸ਼ਹਿਰ ਵਿੱਚ ਅਪਰਾਧੀਆਂ ਦੇ ਹੌਂਸਲੇ ਇੰਨੇ ਕੁ بلند ਹੋ ਗਏ ਹਨ ਕਿ ਹੁਣ ਉਹ ਦਿਨ ਦਿਹਾੜੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਵਾਰਦਾਤਾ ਕਰਨ ਲੱਗ ਪਏ ਹਨ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਸੈਕਟਰ 42 20 ਵਿੱਚ ਇੱਕ ਅਪਰਾਧੀ ਨੇ ਮਕਾਨ ਨੰਬਰ 1085 ਚ ਘਰ ਦੇ ਅੰਦਰ ਦਾਖਲ ਹੋ ਕੇ ਮਹਿੰਗਾ ਸਾਈਕਲ ਚੋਰਾ ਲਿਆ ਜੋ ਕਿ ਸਾਰੀ ਘਟਨਾ ਇਸ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਸੇਲਜ਼ ਵੂਮੈਨ ਨੇ ਇਸ਼ਾਰੇ ਨਾਲ ਆਪਣੇ ਸਾਥੀ ਨੌਜਵਾਨ ਨੂੰ ਬੁਲਾਇਆ ਜਿਸ ਨੇ ਘਰ ਦੇ ਅੰਦਰੋਂ ਇੱਕ ਮਹਿੰਗੀ ਸਾਈਕਲ ਚੋਰੀ ਕਰ ਲਈ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰ ਪੁਲਿਸ ਇਸ ਮਾਮਲੇ ਨੂੰ ਟਾਲਦਿਆਂ ਹੀ ਦਿਖਾਈ ਦਿੱਤੇ ਵਾਰਦਾਤ ਮੰਗਰੋ ਮਕਾਨ ਮਾਲਕਤਾਏ ਕਹਿਣਾ ਹੈ ਕਿ ਭਾਵੇਂ ਉਸ ਨੂੰ ਸਾਈਕਲ ਨਾ ਮਿਲੇ ਪਰ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅਜਿਹੀ ਹੋਰ ਵਾਰਦਾਤ ਨਾ ਕਰ ਸਕੇ